ਤੇਰੀਆਂ ਅੱਖਾਂ ਤੋਂ ਪਾਵੇਗਾ ਕੰਨਾਂ ਦੇ ਵਿੱਚ ਮੇਰ ਪੁੱਤਰਾ ਬਲੋਰੀ ਬਾਬਾ ਤੇਰੀਆਂ ਅੱਖਾਂ ਤੋਂ ਪਾਵੇਗਾ ਕੰਨਾਂ ਦੇ ਵਿੱਚ ਮੇਰ ਪੁੱਤਰਾ ਬਲੋਰੀ ਬਾਬਾ ਤੇਰੀਆਂ ਬਾਬਾ ਜੀ ਤੇਰਾ ਬਲੋਰੀ ਬਾਬਾ ਤੇਰੀਆਂ ਅੱਖਾਂ ਤੋਂ ਪਾਵੇਗਾ ਕੰਨਾਂ ਦੇ ਵਿੱਚ ਬਲੋਰੀ ਬਾਬਾ ਤੇਰੀਆਂ ਅੱਖਾਂ ਤੋਂ ਪਾਵੇਗਾ ਕੰਨਾਂ ਦੇ ਵਿੱਚ
ਜਿਹਦੇ ਬਾਰੇ ਪਤਾ ਹੋਵੇ ਤੇ ਫਿਰ ਸਿਰ ਝੁਕਾਉਣ ਤੋਂ ਰੱਖੀਦਾ ਨਹੀਂ ਹੁੰਦਾ। ਇੱਕ ਵਾਰੀ ਮੇਰੇ ਯਾਰ ਦੇ ਨਾਂ ਤੇ ਤਾੜੀ ਲਾਉਂਦੇ ਰਿਹਾ ਕਰੋ, ਮੈਨੂੰ ਇਹੀ ਬਹੁਤ ਹੈ। ਪਾਣੀ ਪੀਤਾ ਮੈਂ ਛਾਣ ਕੇ, ਗੁਰੂ ਬਣਾਇਆ ਮੈਂ ਜਾਣ ਕੇ, ਗੁਰੂ ਪਾਣੀ ਪੀਤਾ ਛਾਣ ਕੇ ਤੇ ਗੁਰੂ ਬਣਾਇਆ ਜਾਣ ਕੇ।
ਫਸਦੀ ਯਾਰਾ, ਮੈਂ ਨਹੀਂ ਫਸਦੀ ਯਾਰਾ, ਪਰ ਤੇਰਾ ਇਸ਼ਕ ਫਸਾ ਦੇ।
ਧੂਮ ਬਾਕਰਪੁਰ ਦੀ ਸਾਰੀ ਦੁਨੀਆ ਦੇ ਵਿੱਚ ਮੱਚੀ, ਤੂੰ ਵੀ ਨੇੜੇ ਰੱਬ ਵੀ ਨੇੜੇ ਸਾਈਆਂ ਇਹ ਗੱਲ ਸਾਈਆਂ ਇਹ ਗੱਲ ਸੱਚੀ ਬੋਲੋ ਬਾਬੇ ਬੋਲੋ। ਇੱਕ ਗੱਲ ਹੋਰ ਯਾਦ ਰੱਖਿਓ, ਪਟਿਆਲੇ ਦੇ ਵਿੱਚ ਧੰਨ ਧੰਨ ਸ਼੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਹੈਗਾ, ਕਿੰਨੇ ਕਿੰਨੇ ਸੁਣਿਆ ਨਾਂ, ਹੱਥ ਖੜੇ ਕਰੋ। ਜੇ ਕਿਸੇ ਦਾ ਬੱਚਾ ਨਾਂ ਬੋਲਦਾ ਹੋਵੇ ਗੱਲ ਲਿਖ ਲਿਓ, ਕਿਸੇ ਦਾ ਬੱਚਾ ਨਾਂ ਬੋਲਦਾ ਹੋਵੇ। ਇੱਕ ਚਾਂਦੀ ਦੀ ਚਾਬੀ ਲੈ ਕੇ ਨਾ, ਚਾਬੀ ਚਾਂਦੀ ਦੀ 100-150 ਰੁਪਏ ਦੀ ਆਉਂਦੀ ਹੋਊਗੀ, ਚਾਂਦੀ ਦੀ ਚਾਬੀ ਸੁਨਿਆਰ ਕੋਲੋਂ। ਇਹ ਵਾਹਿਗੁਰੂ ਦਾ ਨਾਂ ਲੈ ਕੇ, ਕਲਗੀਧਰ ਪਾਤਸ਼ਾਹ ਦਾ ਨਾਂ ਲੈ ਕੇ, ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਨੂੰ ਯਾਦ ਕਰਕੇ ਕਹਿ ਦਿਓ ਵੀ ਸੱਚੇ ਪਾਤਸ਼ਾਹ ਆ ਬੱਚੇ ਤੋਂ 7 ਵਾਰ ਵਾਰ ਕੇ ਰੱਖ ਦਿੱਤੀ ਘਰੇ, ਜਿੱਦਣ ਬੱਚਾ ਬੋਲ ਪਿਆ ਤੇਰੇ ਗੋਲਕ ਚ ਪਾ ਕੇ ਆਵਾਂਗੇ। ਵੇੜੇ ਪਾਰ ਆ ਮੁੰਡਾ ਤੇ ਜਾ ਹੋਵੇ ਧੀ, ਤੋਤੇ ਵਾਂਗੂ ਬੋਲਦੀ ਫਿਰੂ, ਯਾਦ ਰੱਖਿਓ। ਇਹ ਗੁਰੂ ਕਰਦਿਆਂ ਰਹਿਮਤਾਂ ਨੇ ਜਿੰਨੀਆਂ ਲੈ ਸਕਦਾ ਕੋਈ ਲੈ ਲਵੇ, ਮੰਨਣ ਵਾਲੇ ਵਾਸਤੇ ਸਾਰਾ ਕੁਝ ਆ, ਜਿਹੜਾ ਨਹੀਂ ਮੰਨਦਾ ਉਹਦੇ ਲਈ ਕੱਖ ਨਹੀਂ ਹੈਗਾ। ਜ਼ਰੂਰ ਕਰਿਓ ਜੇ ਕਿਸੇ ਦੇ ਬੱਚੇ ਦੀ ਜ਼ੁਬਾਨ ਰੁਕੀ ਹੋਵੇ। ਦੁੱਖ ਨਿਵਾਰ ਸਾਹਿਬ ਸਾਰਿਆਂ ਦੇ ਦੁੱਖ ਨਿਵਾਰਦਾ ਮੇਰਾ ਪਾਤਸ਼ਾਹ, ਇੱਕ ਵਾਰੀ ਤਾੜੀ ਮਾਰੋ ਕਲਗੀਧਰ ਪਾਤਸ਼ਾਹ ਦੇ ਨਾਂ ਤੋਂ। ਹਾਂਜੀ, ਤੂੰ ਤਾਂ ਬਾਕਰਪੁਰ ਦੀ ਸਾਰੀ ਦੁਨੀਆ ਦੇਹ ਵਿੱਚ ਮੱਚੀ, ਤੂੰ ਵੀ ਨੇੜੇ ਰੱਬ ਵੀ ਨੇੜੇ
29 ਤਰੀਕ ਦਾ ਮੇਲਾ ਆ ਰਿਹਾ, ਇੱਕ ਵਾਰੀ ਤਾੜੀ ਲਾਓ ਮੇਲੇ ਦੇ ਨਾਂ ਤੋਂ। ਕਿਹੜੇ ਕਿਹੜੇ ਜਾਣਗੇ ਬਾਕਰਪੁਰ? ਔਰ ਸਾਰੀ ਸੰਗਤ ਨੂੰ ਹੱਥ ਜੋੜ ਕੇ ਦਾਤਾ ਜੀ ਵੱਲੋਂ, ਪੂਰੀ ਕਮੇਟੀ ਵੱਲੋਂ ਮੇਲੇ ਦੇ ਵਿੱਚ ਤੁਹਾਨੂੰ ਸੱਦਾ ਦੇ ਰਿਹਾ ਬਾਬਿਓ। ਪਰ ਮੇਲਾ ਇਸ ਵਾਰੀ ਦਿਨੇ ਲੱਗੂਗਾ, ਦਿਨੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਇਹ ਸੁਨੇਹਾ ਸਾਰੇ ਜ਼ਰੂਰ ਪਹੁੰਚਾ ਦਿਓ ਅੱਗੇ।